ਸਰਵਾਈਕਲ ਦੇ ਕੀ ਲੱਛਣ ਹੁੰਦੇ ਨੇ ਤੇ ਕਿੰਨੇ ਤਰ੍ਹਾਂ ਦੀ ਸਰਵਾਈਕਲ ਹੁੰਦੀ ਹੈ? ਦੇਖੋ ਇਹ ਸਰਵਾਈਕਲ ਅੱਜ ਕੱਲ੍ਹ ਜਿਹੜੀ ਕਾਮਨ ਪ੍ਰੋਬਲਮ ਹੋ ਰਹੀ ਹੈ ਜਿਹੜੀ ਕਿ ਯੰਗ ਜਨਰੇਸ਼ਨ ਦੇ ਵਿੱਚ ਵੀ ਆ ਰਹੀ ਹੈ, ਈਵਨ ਕਿ 15-15 ਸਾਲ ਦੇ ਬੱਚੇ 10-10 ਸਾਲ ਦੇ ਬੱਚਿਆਂ ਨੂੰ ਵੀ ਪ੍ਰੋਬਲਮ ਹੋ ਰਹੀ ਹੈ। ਸਭ ਤੋਂ ਜਿਹੜੇ ਮੁੱਖ ਕਾਰਨ ਨੇ ਕਿ ਜਦੋਂ ਸਾਡੇ ਸੌਣ ਦਾ ਤਰੀਕਾ ਗਲਤ ਹੁੰਦਾ ਜਾਂ ਫਿਰ ਕੋਈ ਇਹੋ ਜਿਹਾ ਅਸੀਂ ਕੰਮ ਕਰਦੇ ਹਾਂ ਜਿਹਦੇ ਕਰਕੇ ਜਿਹੜੇ ਸਾਡੇ ਮਨਕੇ ਨੇ ਉਹ ਪ੍ਰੈਸ ਹੋਣੇ ਸ਼ੁਰੂ ਹੋ ਜਾਂਦੇ, ਜਿਸ ਤਰ੍ਹਾਂ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅੱਜ ਕੱਲ੍ਹ ਮੋਬਾਈਲ ਦੀ। ਕਿੰਨਾ ਕੁ ਅੰਮ੍ਰਿਤਸਰ ਦੀ ਗੱਲ ਕਰੀਏ, ਅੰਮ੍ਰਿਤਸਰ 'ਚ ਬੜੇ ਵੱਡੇ ਵੱਡੇ ਡਾਕਟਰ ਨੇ, ਬੜੇ ਵੱਡੇ ਵੱਡੇ ਹਸਪਤਾਲ ਨੇ, ਕਿੰਨਾ ਕੁ ਲੋਕਾਂ ਤੁਸੀਂ ਇਲਾਜ ਕਰਾ ਚੁੱਕੇ ਹੁਣ ਤੱਕ? 4 ਸਾਲਾਂ ਤੋਂ ਇੰਨੇ ਪੈਸੇ ਲਾ ਬੈਠੀ ਆ, ਕਿਸੇ ਨੇ ਕਰੰਟ ਲਾ ਦਾ, ਕਿਸੇ ਨੇ ਕੁਛ ਕਰਨਾ, ਕਿਸੇ ਨੇ ਦਵਾਈਆਂ ਦੇਣੀਆਂ, ਕੋਈ ਕਹੇਗਾ ਹੱਡੀਆਂ ਕਮਜ਼ੋਰ ਹੋ ਗਿਆ ਕੁਛ, ਬਸ ਵਹਿਮ ਹੀ ਪਾਉਂਦੇ ਆ। ਜਿਵੇਂ ਮਰੀਜ਼ ਦੱਸਦੇ ਨੇ ਵੀ ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਆ ਜਾਂ ਉਲਟੀ ਅੱਗਾ ਮਨ ਕਰਦਾ ਵਾ, ਤੇ ਅਸੀਂ ਦੇਖਿਆ ਵੀ ਕਈ ਕਹਿੰਦੇ ਸਾਡੀ ਅੱਖਾਂ ਗਾੜੀ ਹਨੇਰਾ ਆਉਂਦਾ ਵਾ। ਜਦੋਂ ਅਸੀਂ ਨੱਕ ਨੀਚੇ ਕਰਦੇ ਸਾਡੀ ਗਰਦਨ ਜਦੋਂ ਮੁੜਦੀ ਹੈ ਤੇ ਸਿਰ ਦਾ ਭਾਰ ਘੱਟੋ ਘੱਟ ਨਹੀਂ ਤੇ 25-27 ਕਿਲੋ ਜਿਹੜਾ ਵਾ ਭਾਰ ਉਹ ਸਾਡੀ ਗਰਦਨ ਤੇ ਪੈਣਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਜਦੋਂ ਖੂਨ ਦਾ ਦੌਰਾ ਜਦੋਂ ਸਰਕੂਲੇਸ਼ਨ ਜਿਹੜੀ ਹੈ ਸਿਰ ਵੱਲ ਨੂੰ ਨਹੀਂ ਜਾਣੀ, ਉਹਦੇ ਨਾਲ ਹਨੇਰਾ ਵੀ ਆਉਣਾ ਵਾ, ਚੱਕਰ ਵੀ ਆਉਣੇ ਆ, ਕਈਆਂ ਨੂੰ ਵੋਮਿਟਿੰਗ ਫੀਲ ਹੁੰਦੀ ਹੈ। ਭੈਣ ਜੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਤੇ ਇਹਦੇ ਨਾਲ ਨਾਲ ਤੁਹਾਨੂੰ ਕੀ ਲੱਛਣ ਕੀ ਹੁੰਦੇ ਸੀ ਜਦੋਂ ਮੰਨ ਲਓ ਇਹ ਸਰਵਾਈਕਲ ਹੋਈ ਸ਼ੁਰੂ? ਮੈਨੂੰ ਚੱਕਰ ਆਉਂਦੇ ਹੀ ਹੈ, ਬਾਹਾਂ ਤਾਂ ਨਹੀਂ ਸੀ ਹੁੰਦੀਆਂ, ਇਹ ਗਰਦਨ ਦੀ ਦਰਦ ਸੀ, ਮੈਂ ਪਰਵਾਹ ਨਹੀਂ ਸੀ ਕਰ ਸਕਦੀ। ਹੁਣ ਜਦੋਂ ਦੀ ਇਹਨਾਂ ਕੋਲ ਆਈ ਡਾਕਟਰ ਰੋਹਨ ਕੋਲ, ਮੇਰੀ ਬਾਂਹ ਬੂਹ ਵੀ ਤਾਂ ਹੋ ਗਈ ਤੇ ਚੱਕਰ ਆਉਣੇ ਵੀ ਹਟ ਗਏ ਆ। ਸਰ ਅਸੀਂ ਦੇਖਿਆ ਵੀ ਜਦੋਂ ਕਿਸੇ ਨੂੰ ਪਤਾ ਲੱਗਦਾ ਵੀ ਉਹਨੂੰ ਸਰਵਾਈਕਲ ਦੀ ਪ੍ਰੋਬਲਮ ਆ ਤਾਂ ਅਸੀਂ ਦੇਖਿਆ ਵੀ ਸਾਡੇ ਜਿਹੜੇ ਆਮ ਭੈਣ ਭਰਾ ਲੋਕ ਹੁੰਦੇ ਨੇ ਇਹ ਜ਼ਿਆਦਾਤਰ ਮਾਲਸ਼ਾ ਕਰਾਉਣੀ ਸ਼ੁਰੂ ਕਰ ਦਿੰਦੇ ਨੇ, ਮੀਨਸ ਕਿ ਤੁੱਕੇ ਦੇ ਨਾਲ ਜਿਹੜਾ ਵਾ ਉਹ ਇਲਾਜ ਹੋ ਰਿਹਾ ਵਾ। ਬੇਸਿਕਲੀ ਜਿਹੜੀ ਫਿਜ਼ੀਓਥੈਰੇਪੀ ਆ ਉਹ ਇੱਕ ਡਿਗਰੀ ਹੈ। ਦੇਖੋ ਪੁਰਾਣੇ ਟਾਈਮ 'ਤੇ ਯੋਗ ਜਿਹੜਾ ਵਾ ਐਕਸਰਸਾਈਜ਼ ਜਿਹੜੀ ਹੈ ਸ਼ੁਰੂ ਤੋਂ ਚੱਲਦੀ ਆਈ ਹੈ। ਫਿਜ਼ੀਓਥੈਰੇਪੀ ਮੀਨਸ ਕਿ ਇਟ ਮੀਨਸ ਕਿ ਐਕਸਰਸਾਈਜ਼, ਅਸੀਂ ਐਕਸਰਸਾਈਜ਼ ਦੇ ਨਾਲ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਠੀਕ ਕਰਨਾ। ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਪੁਰਾਣੀ ਤੋਂ ਪੁਰਾਣੀ ਜਿਹੜੀ ਦਰਦ ਹੈਗੀ ਅਸੀਂ ਉਹਨੂੰ ਐਕਸਰਸਾਈਜ਼ ਦੇ ਨਾਲ ਠੀਕ ਕਰੀਏ। ਡਾਕਟਰ ਸਾਹਿਬ ਨੂੰ ਇਸ ਤੋਂ ਜਿਹੜਾ ਤੁਸੀਂ ਇਲਾਜ ਕਰਦੇ ਹੋ ਫਿਜ਼ੀਓਥੈਰੇਪੀ ਰਾਹੀਂ ਕਿਸ ਤਰ੍ਹਾਂ ਇਲਾਜ ਕਰਦੇ ਹੋ? ਕੋਈ ਮਸ਼ੀਨਾਂ ਅਸੀਂ ਦੇਖਿਆ ਤੁਸੀਂ ਕਾਫੀ ਮਸ਼ੀਨਾਂ ਵੀ ਰੱਖੀਆਂ ਵਾ, ਇਹ ਕੀ ਨਾਮ ਮਸ਼ੀਨਾਂ ਦੇ ਅਤੇ ਕੰਮ ਕਿਸ ਤਰ੍ਹਾਂ ਕਰਦੀਆਂ ਨੇ ਮਸ਼ੀਨਾਂ? ਦੇਖੋ ਜਿਹੜੇ ਮਨਕੇ ਦੱਬੇ ਜਾਂਦੇ ਉਹਨਾਂ ਵਾਸਤੇ ਜਿਹੜੀ ਟਰੈਕਸ਼ਨ ਹੈ ਸਰਵਾਈਕਲ ਟਰੈਕਸ਼ਨ, ਲੰਬਰ ਟਰੈਕਸ਼ਨ, ਫਿਰ ਪੇਨ ਰਿਲੀਵਿੰਗ ਵਾਸਤੇ ਜਿਹੜੀ ਟੈਂਸ ਹੈ IFT, ਹੋਰ ਲੇਟੈਸਟ ਜਿਹੜੀਆਂ ਲੇਜ਼ਰ ਹੈ ਜਾਂ ਹੋਰ ਵੀ ਜਿਹੜੀਆਂ ਇੱਦਾਂ ਦੀਆਂ ਮਸ਼ੀਨਾਂ ਜਿਹੜੀਆਂ ਆ ਗਈਆਂ ਨੇ। ਕਈਆਂ ਦੇ ਮਨ ਦੇ ਵਿੱਚ ਸਹੀ ਸਾਨੂੰ ਪੇਸ਼ੈਂਟ ਦੱਸਦੇ ਨੇ ਵੀ ਸਾਨੂੰ ਤਾਂ ਉਹਨੇ ਕਹਿ ਤਾ, ਕਿਸੇ ਨੇ ਦੱਸਿਆ ਵਾ ਕਿ ਹਾਂ ਵੀ ਇਹਨਾਂ ਨਾਲ ਖੂਨ ਸੁੱਕਦਾ, ਮਸ਼ੀਨਾਂ ਨਹੀਂ ਲਵਾਉਣੀਆਂ ਚਾਹੀਦੀਆਂ। ਜਿਹੜੀ ਫਿਜ਼ੀਓਥੈਰੇਪੀ ਹੈ ਬਿਲਕੁਲ ਸੇਫ ਹੈ, ਉਹਦਾ ਕੋਈ ਸਾਈਡ ਇਫੈਕਟ ਹੈ ਹੀ ਨਹੀਂ। ਬਟ ਕਈ ਵਾਰੀ ਕੀ ਹੈ, ਕੁਛ ਜਗ੍ਹਾ 'ਤੇ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਕਿ ਕੋਈ ਚਾਈਨਾ ਦੇ ਬੈੱਡ ਆ ਗਏ ਨੇ, ਉੱਥੇ ਜੀ ਸੇਕ ਦਿੰਦੇ ਨੇ ਮਰੀਜ਼ ਨੂੰ, ਲਟਾ ਦਿੰਦੇ, ਜਦਕਿ ਬੈੱਡ ਨੂੰ ਨਹੀਂ ਪਤਾ ਵੀ ਇਹ ਮਰੀਜ਼ ਨੂੰ BP ਵੱਧਦਾ ਵਾ ਕਿ ਘੱਟਦਾ ਵਾ। ਲੋਕ ਇੰਨੇ ਕੁ ਜ਼ਿਆਦਾ ਅਵੇਅਰ ਹੋ ਗਏ ਨੇ, ਅਵੋਇਡ ਕਰ ਰਹੇ ਨੇ, ਕਿਉਂਕਿ ਮਨਕਾ ਜਦੋਂ ਜ਼ੋਰ ਲਾ ਕੇ ਘੁੱਟਿਆ ਜਾਂਦਾ ਪਹਿਲੇ ਆਲਰੇਡੀ ਜੇ ਕੰਪਰੈਸ ਹੈ ਮਨਕਾ, ਅਤੇ ਜੇ ਕੋਈ ਮਾਲਿਸ਼ ਦੇ ਨਾਲ ਜ਼ੋਰ ਦੇ ਉਹਨੂੰ ਘੁੱਟ ਦੇਗਾ ਤਾਂ ਉਹ ਹੋਰ ਪ੍ਰੋਬਲਮ ਜਿਹੜੀ ਆ ਜਾਂਦੀ ਆ, ਉਹਦੇ ਕਰਕੇ ਜਿਹੜੀਆਂ ਨਾੜਾਂ ਹੋਰ ਦੱਬੀਆਂ ਜਾਂਦੀਆਂ। ਅਸੀਂ ਦੇਖਿਆ ਵੀ ਖਾਸ ਕਰਕੇ ਲੋਕ ਵੱਡੇ ਵੱਡੇ ਹਸਪਤਾਲਾਂ ਜਾ ਕੇ ਇਲਾਜ ਕਰਾਉਂਦੇ ਨੇ ਪਰ ਲੋਕਾਂ ਨੂੰ ਆਰਾਮ ਨਹੀਂ ਹੁੰਦਾ। ਦੇਖੋ ਮੈਡੀਸਨ ਕੋਈ ਵੀ ਹੈ, ਚਾਹੇ ਨਰਵਸ ਦੀ ਹੈ ਜਾਂ ਫਿਰ ਪੇਨ ਕਿਲਰ ਆ, ਉਹਨਾਂ ਨੇ ਉਨੀ ਦੇਰ ਤੱਕ ਅਸਰ ਕਰਨਾ ਜਿੰਨੀ ਦੇਰ ਤੱਕ ਉਹਦਾ ਜਿੰਨੀ ਦੇਰ ਤੱਕ ਉਹਨਾਂ ਨੂੰ ਪੇਨ ਰਿਲੀਵ ਕਰਨਾ, ਜਿੰਨੀ ਦੇਰ ਤੱਕ ਕੋਈ ਕੰਪਰੈਸ਼ਨ ਰਿਲੀਜ਼ ਨਹੀਂ ਹੋਏਗਾ ਨਾੜਾਂ, ਜਿੰਨੀ ਦੇਰ ਤੱਕ ਜਿੱਥੇ ਫਸੀਆਂ ਨੇ ਜਿੱਥੋਂ ਦਬਾਅ ਹੈ ਉੱਥੋਂ ਜਿੰਨੀ ਦੇਰ ਤੱਕ ਉਹ ਰਿਲੀਜ਼ ਨਹੀਂ ਕੀਤੀਆਂ ਜਾਣਗੀਆਂ ਉਨੀ ਦੇਰ ਤੱਕ ਉਹ ਚੀਜ਼ ਪੋਸੀਬਲ ਨਹੀਂ ਹੋ ਸਕਦੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਅੱਜ ਤੁਹਾਨੂੰ ਖਬਰ ਦਿਖਾਵਾਂਗੇ ਅੰਮ੍ਰਿਤਸਰ ਦੀ ਅਤੇ ਖਾਸ ਕਰਕੇ ਇਹ ਖਬਰ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਜਾਂ ਜਿਨ੍ਹਾਂ ਨੂੰ ਡਿਸਕ ਦੀ ਪ੍ਰੋਬਲਮ ਆ ਜਾਂ ਜਿਨ੍ਹਾਂ ਦੇ ਗੋਡੇ ਦਰਦ ਹੁੰਦੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਡਾਕਟਰ ਰੋਹਨ ਮਹਿਰਾ ਜੀ ਆ, ਡਾਕਟਰ ਰੋਹਨ ਮਹਿਰਾ ਸਾਡੇ ਨਾਲ ਨੇ। ਡਾਕਟਰ ਰੋਹਨ ਮਹਿਰਾ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ, ਧੰਨਵਾਦ ਜੀ ਤੁਹਾਡਾ। ਡਾਕਟਰ ਸਾਹਿਬ, ਅਸੀਂ ਦੇਖਿਆ ਅੱਜ ਕੱਲ੍ਹ ਲੋਕਾਂ ਨੂੰ ਆਮ ਘਰਾਂ ਵਿੱਚ ਗੱਲ ਕਰੀਏ, ਘਰ ਘਰ ਲੋਕਾਂ ਨੂੰ ਸਰਵਾਈਕਲ ਦੀ ਬਹੁਤ ਪ੍ਰੋਬਲਮ ਹੁੰਦੀ ਆ, ਲੋਕਾਂ ਦੇ ਗੋਡੇ ਬਹੁਤ ਦਰਦ ਹੋਣੇ ਸ਼ੁਰੂ ਹੋ ਗਏ ਨੇ ਜਾਂ ਲੋਕਾਂ ਨੂੰ ਡਿਸਕ ਪ੍ਰੋਬਲਮ ਬਹੁਤ ਆ। ਤੁਸੀਂ ਫਿਜ਼ੀਓਥੈਰੇਪੀ ਰਾਹੀਂ ਇਲਾਜ ਕਰਦੇ ਹੋ, ਕਿਸ ਤਰ੍ਹਾਂ ਇਲਾਜ ਕਰਦੇ ਹੋ? ਜੇ ਮੇਨ ਗੱਲ ਕਰੀਏ ਸਭ ਤੋਂ ਪਹਿਲਾਂ ਸਰਵਾਈਕਲ ਦੀ, ਸਰਵਾਈਕਲ ਦੇ ਕੀ ਲੱਛਣ ਹੁੰਦੇ ਨੇ ਅਤੇ ਕਿੰਨੇ ਤਰ੍ਹਾਂ ਦੀ ਜਿਹੜੀ ਸਰਵਾਈਕਲ ਹੁੰਦੀ ਹੈ? ਦੇਖੋ ਇਹ ਸਰਵਾਈਕਲ ਅੱਜ ਕੱਲ੍ਹ ਜਿਹੜੀ ਕਾਮਨ ਪ੍ਰੋਬਲਮ ਹੋ ਰਹੀ ਹੈ ਜਿਹੜੀ ਕਿ ਯੰਗ ਜਨਰੇਸ਼ਨ ਦੇ ਵਿੱਚ ਵੀ ਆ ਰਹੀ ਹੈ, ਈਵਨ ਕਿ 15-15 ਸਾਲ ਦੇ ਬੱਚੇ 10-10 ਸਾਲ ਦੇ ਬੱਚਿਆਂ ਨੂੰ ਵੀ ਪ੍ਰੋਬਲਮ ਹੋ ਰਹੀ ਹੈ। ਇਹਦੇ ਸਭ ਤੋਂ ਜਿਹੜੇ ਮੁੱਖ ਕਾਰਨ ਨੇ ਕਿ ਜਦੋਂ ਸਾਡੇ ਸੌਣ ਦਾ ਤਰੀਕਾ ਗਲਤ ਹੁੰਦਾ ਜਾਂ ਫਿਰ ਕੋਈ ਇਹੋ ਜਿਹਾ ਅਸੀਂ ਕੰਮ ਕਰਦੇ ਹਾਂ ਜਿਹਦੇ ਕਰਕੇ ਜਿਹੜੇ ਸਾਡੇ ਮਨਕੇ ਨੇ ਉਹ ਪ੍ਰੈਸ ਹੋਣੇ ਸ਼ੁਰੂ ਹੋ ਜਾਂਦੇ, ਜਿਸ ਤਰ੍ਹਾਂ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅੱਜ ਕੱਲ੍ਹ ਮੋਬਾਈਲ ਦੀ, ਮੋਬਾਈਲ 'ਤੇ ਅੱਜ ਕੱਲ੍ਹ ਬੱਚਿਆਂ ਨੂੰ ਵੀ ਹੋਮਵਰਕ ਵੀ ਮੋਬਾਈਲ 'ਤੇ ਹੋ ਰਿਹਾ, ਫਿਰ ਦੂਸਰੇ ਨੰਬਰ 'ਤੇ ਇੱਕ ਅਸੀਂ ਗੱਲ ਕਰੀਏ ਲੈਪਟੋਪ 'ਤੇ,
ਅਤੇ ਇਹ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸਭ ਤੋਂ ਮੇਨ ਜਿਹੜੀ ਅੱਜ ਕੱਲ੍ਹ ਕੋਮਨ ਪ੍ਰੋਬਲਮ ਆ ਰਹੀ ਹੈ ਕਿ ਮਨਕਿਆਂ ਦੇ ਵਿੱਚ ਜੋ ਦਬਾਅ ਆਉਣਾ ਸ਼ੁਰੂ ਹੋ ਜਾਂਦਾ। ਇੱਕ ਚੀਜ਼ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਨੈੱਕ ਦੇ ਜਿਹੜੇ ਉੱਪਰਲੇ ਜਿਹੜੇ 7 ਮਨਕੇ ਨੇ ਉਹ ਮੇਨ ਜਿਹੜੇ ਸਾਨੂੰ ਸਰਵਾਈਕਲ ਦੇ ਜਿਹੜੇ ਮਨਕੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਜਦੋਂ ਉਹਨਾਂ ਦੇ ਵਿੱਚ ਦਬਾਅ ਵਧਣਾ ਸ਼ੁਰੂ ਹੋ ਜਾਂਦਾ, ਉਹਨਾਂ ਦੀਆਂ ਜਿਹੜੀਆਂ ਵਿੱਚੋਂ ਨਾੜਾਂ ਸਿਰ ਵੱਲ ਨੂੰ ਜਾਂਦੀਆਂ ਜਾਂ ਬਾਹਾਂ ਵੱਲ ਨੂੰ ਜਾਂਦੀਆਂ ਨੇ, ਉਹ ਜਦੋਂ ਦਬਾਅ ਵਿੱਚ ਆਉਂਦੀਆਂ ਨੇ ਤਾਂ ਉਹ ਪੇਨ ਦੇਣੀਆਂ ਸ਼ੁਰੂ ਕਰ ਦਿੰਦੇ। ਉਹਦੇ ਨਾਲ ਕੀ ਹੁੰਦਾ ਕਿ ਸਿਰ ਭਾਰਾ ਹੋਣਾ, ਚੱਕਰ ਆਉਣਾ ਜਾਂ ਫਿਰ ਬਾਹਾਂ ਸੁੰਨ ਹੋ ਜਾਣੀਆਂ। ਕਈ ਮਰੀਜ਼ ਕਹਿੰਦੇ ਨੇ ਸਾਡੀਆਂ ਬਾਹਾਂ ਸੁੰਨਦੀਆਂ ਨੇ, ਕਈ ਕਹਿੰਦੇ ਕੀੜੀਆਂ ਚੱਲਦੀਆਂ ਨੇ, ਕਈਆਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਇਹ ਸਾਰੇ ਲੱਛਣ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ। ਇੱਕ ਗੱਲ ਕਹੀ ਡਾਕਟਰ ਸਾਹਿਬ, ਇਹ ਵੀ ਲੱਛਣ ਹੈਗਾ ਵੀ ਜਿਵੇਂ ਮਰੀਜ਼ ਦੱਸਦੇ ਨੇ ਵੀ ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਆ ਜਾਂ ਉਲਟੀ ਵਰਗਾ ਮਨ ਕਰਦਾ ਵਾ, ਅਤੇ ਅਸੀਂ ਦੇਖਿਆ ਵੀ ਕਈ ਕਹਿੰਦੇ ਸਾਡੀ ਅੱਖਾਂ ਗਾੜੀ ਹਨੇਰਾ ਆਉਂਦਾ ਵਾ, ਇਹ ਵੀ ਲੱਛਣ ਸਰਵਾਈਕਲ ਦੇ? ਬਿਲਕੁਲ ਸਰ, ਜਦੋਂ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਜਦੋਂ ਅਸੀਂ ਮੋਬਾਈਲ ਯੂਜ਼ ਕਰਦੇ ਹਾਂ ਗਰਦਨ ਥੱਲੇ ਜਿਸ ਤਰ੍ਹਾਂ ਹੀ ਹੁੰਦੀ ਹੈ, ਅਤੇ ਇੱਕ ਤਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸਾਡਾ ਵੈਸੇ ਜਿਹੜਾ ਸਿਰ ਦਾ ਵੇਟ ਹੈ ਉਹ 5 kg ਵੇਟ ਹੈਗਾ। ਜਦੋਂ ਅਸੀਂ ਨੈੱਕ ਨੀਚੇ ਕਰਦੇ ਸਾਡੀ ਗਰਦਨ ਜਦੋਂ ਮੁੜਦੀ ਹੈ ਅਤੇ ਸਿਰ ਦਾ ਭਾਰ ਘੱਟੋ ਘੱਟ ਨਹੀਂ ਤਾਂ 25-27 kg ਜਿਹੜਾ ਵਾ ਭਾਰ ਉਹ ਸਾਡੀ ਗਰਦਨ 'ਤੇ ਪੈਣਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਜਦੋਂ ਖੂਨ ਦਾ ਦੌਰਾ ਜਦੋਂ ਸਰਕੂਲੇਸ਼ਨ ਜਿਹੜੀ ਹੈ ਸਿਰ ਵੱਲ ਨੂੰ ਨਹੀਂ ਜਾਣੀ, ਉਹਦੇ ਨਾਲ ਹਨੇਰਾ ਵੀ ਆਉਣਾ, ਮੈਂ ਚੱਕਰ ਵੀ ਆਉਣੇ ਆ, ਕਈਆਂ ਨੂੰ ਵੋਮਿਟਿੰਗ ਫੀਲ ਹੁੰਦੀ ਹੈ, ਅਤੇ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਨਰਵਸ ਜਿਹੜੀਆਂ ਬਾਹਾਂ ਵੱਲ ਨੂੰ ਜਾਂਦੀਆਂ, ਜਿਹੜੀਆਂ ਨਾੜਾਂ ਬਾਹਾਂ ਵੱਲ ਨੂੰ ਜਾਂਦੀਆਂ ਜਦੋਂ ਉਹ ਦੱਬੀਆਂ ਜਾਂਦੀਆਂ ਨੇ, ਅਤੇ ਪੇਸ਼ੈਂਟ ਨੂੰ ਕਦੀ ਹੱਥਾਂ 'ਚ ਦਰਦ, ਸਵੇਰੇ ਉੱਠਣਾ ਅਕੜਾ ਹੋਣਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਲੱਛਣ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ। ਡਾਕਟਰ ਸਾਹਿਬ, ਅਸੀਂ ਦੇਖਿਆ ਵੀ ਜਦੋਂ ਕਿਸੇ ਨੂੰ ਪਤਾ ਲੱਗਦਾ ਵੀ ਉਹਨੂੰ ਸਰਵਾਈਕਲ ਦੀ ਪ੍ਰੋਬਲਮ ਆ, ਤਾਂ ਅਸੀਂ ਦੇਖਿਆ ਵੀ ਸਾਡੇ ਜਿਹੜੇ ਆਮ ਭੈਣ ਭਰਾ ਲੋਕ ਹੁੰਦੇ ਨੇ ਇਹ ਜ਼ਿਆਦਾਤਰ ਮਾਲਸ਼ਾਂ ਕਰਾਉਣੀ ਸ਼ੁਰੂ ਕਰ ਦਿੰਦੇ ਨੇ ਕਿ ਲੱਗਦਾ ਮੰਨ ਲਓ ਜੇਕਰ ਧੋਣ ਵਿੱਚ ਸਰਵਾਈਕਲ ਹੈਗੀ ਹੈ ਜਾਂ ਧੋਣ ਦਾ ਜੇ ਅਸੀਂ ਮਾਲਸ਼ ਕਰਾਉਂਦੇ ਹਾਂ ਤਾਂ ਮਾਲਸ਼ਾਂ ਨਾਲ ਫਰਕ ਪੈਂਦਾ ਕਿਸੇ ਤਰ੍ਹਾਂ ਦਾ ਕੋਈ? ਦੇਖੋ ਸਰ, ਇੱਕ ਤਾਂ ਇੱਕ ਕੁਐਕਰੀ ਹੈ, ਕੁਐਕਰੀ ਮੀਨਸ ਕਿ ਤੁੱਕੇ ਦੇ ਨਾਲ ਜਿਹੜਾ ਵਾ ਉਹ ਇਲਾਜ ਹੋ ਰਿਹਾ ਵਾ। ਬੇਸਿਕਲੀ ਜਿਹੜੀ ਫਿਜ਼ੀਓਥੈਰੇਪੀ ਉਹ ਇੱਕ ਡਿਗਰੀ ਹੈ, ਅਤੇ ਬਹੁਤ ਪੁਰਾਣਾ ਜਿਹੜਾ ਟ੍ਰੈਂਡ ਪਹਿਲਾਂ ਜਿਹੜਾ ਅਬਰੋਡ ਦੇ ਵਿੱਚ ਕਾਫੀ ਪੁਰਾਣੀ ਹੈ, ਇੱਥੇ ਅਵੇਅਰਨੈਸ ਬਹੁਤ ਘੱਟ ਸੀ, ਹੁਣ ਤਾਂ ਅਸੀਂ ਇਹ ਸਮਝਦੇ ਹਾਂ ਕਿ ਅਵੇਅਰਨੈਸ ਕਾਫੀ ਲੋਕਾਂ ਨੂੰ ਜ਼ਿਆਦਾ ਆ ਗਈ ਹੈ ਕਿ ਲੋਕ ਅਵੋਇਡ ਕਰਨਾ ਸ਼ੁਰੂ ਹੋ ਗਏ ਨੇ ਮੈਡੀਸਨਸ ਨੂੰ। ਜਦੋਂ ਅਸੀਂ ਜ਼ਿਆਦਾ ਮੈਡੀਸਨ ਪੇਨਕਿਲਰ ਵਗੈਰਾ ਖਾਂਦੇ ਹਾਂ ਸਾਡੀਆਂ ਕਿਡਨੀਆਂ ਵੀ ਖਰਾਬ ਹੁੰਦੀਆਂ ਨੇ। ਅਤੇ ਮੈਂ ਇੱਕ ਚੀਜ਼ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਦੇਖੋ ਪੁਰਾਣੇ ਟਾਈਮ 'ਤੇ ਯੋਗ ਜਿਹੜਾ ਵਾ, ਐਕਸਰਸਾਈਜ਼ ਜਿਹੜੀ ਹੈ ਸ਼ੁਰੂ ਤੋਂ ਹੀ ਚੱਲਦੀ ਆਈ ਹੈ। ਫਿਜ਼ੀਓਥੈਰੇਪੀ ਮੀਨਸ ਕਿ ਇਟ ਮੀਨਸ ਕਿ ਐਕਸਰਸਾਈਜ਼, ਅਸੀਂ ਐਕਸਰਸਾਈਜ਼ ਦੇ ਨਾਲ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਠੀਕ ਕਰਨਾ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪੁਰਾਣੀ ਤੋਂ ਪੁਰਾਣੀ ਜਿਹੜੀ ਦਰਦ ਹੈਗੀ ਅਸੀਂ ਉਹਨੂੰ ਐਕਸਰਸਾਈਜ਼ ਦੇ ਨਾਲ ਠੀਕ ਕਰੀਏ। ਮਰੀਜ਼ ਜਿਹੜਾ, ਕਿਉਂਕਿ ਸਾਡੇ ਕੋਲ ਜਿਹੜਾ ਮਰੀਜ਼ ਆਉਂਦਾ ਜਾਂ ਤਾਂ ਉਹਨੂੰ ਆਲਰੇਡੀ ਓਪਰੇਸ਼ਨ ਦੱਸਿਆ ਜਾ ਚੁੱਕਾ ਹੁੰਦਾ ਜਾਂ ਫਿਰ ਉਹ ਕਈ ਸਾਲਾਂ ਤੋਂ ਦਵਾਈਆਂ ਖਾ ਕੇ ਆ ਚੁੱਕਾ ਹੁੰਦਾ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨੂੰ ਐਕਸਰਸਾਈਜ਼ ਨਾਲ ਅਸੀਂ ਕਿੱਦਾਂ ਰਿਕਵਰ ਕਰਨਾ। ਜਿਹੜੇ ਮਨਕਿਆਂ 'ਚ ਦੱਬ ਪਈ ਹੈ ਜਾਂ ਜਿਹੜਾ ਨਾੜਾਂ ਦੱਬੀਆਂ ਗਈਆਂ ਨੇ ਉਹਨਾਂ ਨੂੰ ਐਕਸਰਸਾਈਜ਼ ਦੇ ਨਾਲ ਅਸੀਂ ਕਿਸ ਤਰ੍ਹਾਂ ਜਿਹੜੀਆਂ ਰਿਕਵਰ ਕਰ ਸਕਦੇ ਹਾਂ। ਅਤੇ ਡਾਕਟਰ ਸਾਹਿਬ, ਮੈਨੂੰ ਇਸ ਤੋਂ ਜਿਹੜਾ ਤੁਸੀਂ ਇਲਾਜ ਕਰਦੇ ਹੋ ਫਿਜ਼ੀਓਥੈਰੇਪੀ ਰਾਹੀਂ, ਕਿਸ ਤਰ੍ਹਾਂ ਇਲਾਜ ਕਰਦੇ ਹੋ? ਕੋਈ ਮਸ਼ੀਨਾਂ ਅਸੀਂ ਦੇਖਿਆ ਤੁਸੀਂ ਕਾਫੀ ਮਸ਼ੀਨਾਂ ਵੀ ਰੱਖੀਆਂ ਵਾ, ਇਹ ਕੀ ਨਾਮ ਮਸ਼ੀਨਾਂ ਦੇ ਅਤੇ ਕੰਮ ਕਿਸ ਤਰ੍ਹਾਂ ਕਰਦੀਆਂ ਨੇ ਮਸ਼ੀਨਾਂ? ਦੇਖੋ ਜੀ, ਜਿਹੜੇ ਮਨਕੇ ਦੱਬੇ ਜਾਂਦੇ ਉਹਨਾਂ ਵਾਸਤੇ ਜਿਹੜੀ ਟਰੈਕਸ਼ਨ ਹੈ, ਸਰਵਾਈਕਲ ਟਰੈਕਸ਼ਨ, ਲੰਬਰ ਟਰੈਕਸ਼ਨ, ਫਿਰ ਪੇਨ ਰਿਲੀਵਿੰਗ ਵਾਸਤੇ ਜਿਹੜੀ ਟੈਂਸ ਹੈ, IFT, ਹੋਰ ਲੇਟੈਸਟ ਜਿਹੜੀਆਂ ਲੇਜ਼ਰ ਹੈ ਜਾਂ ਹੋਰ ਵੀ ਜਿਹੜੀਆਂ ਇੱਦਾਂ ਦੀਆਂ ਮਸ਼ੀਨਾਂ ਜਿਹੜੀਆਂ ਆ ਗਈਆਂ ਨੇ, ਬਾਕੀ ਅਲਟਰਾਸਾਊਂਡ ਮਸ਼ੀਨ ਹੈ, ਕੋਈ ਮਸਕੂਲਰ ਪ੍ਰੋਬਲਮ ਹੈ, ਉਹਨਾਂ ਸਾਰਿਆਂ ਵਾਸਤੇ ਜਿਹੜਾ ਫਿਜ਼ੀਓਥੈਰੇਪੀ ਟ੍ਰੀਟਮੈਂਟ। ਅਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਬਿਲਕੁਲ ਸੇਫ ਟ੍ਰੀਟਮੈਂਟ ਹੈ। ਕਈਆਂ ਦੇ ਮਨ ਦੇ ਵਿੱਚ ਸਹੀ, ਸਾਨੂੰ ਪੇਸ਼ੈਂਟ ਦੱਸਦੇ ਨੇ ਵੀ ਸਾਨੂੰ ਤਾਂ ਉਹਨੇ ਕਹਿ ਤਾ, ਕਿਸੇ ਨੇ ਦੱਸਿਆ ਵਾ ਕਿ ਹਾਂ ਵੀ ਇਹਨਾਂ ਨਾਲ ਖੂਨ ਸੁੱਕਦਾ, ਮਸ਼ੀਨਾਂ ਨਹੀਂ ਲਵਾਉਣੀਆਂ ਚਾਹੀਦੀਆਂ। ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਜਿਹੜੀ ਫਿਜ਼ੀਓਥੈਰੇਪੀ ਆ ਬਿਲਕੁਲ ਸੇਫ ਹੈ, ਉਹਦਾ ਕੋਈ ਸਾਈਡ ਇਫੈਕਟ ਹੈ ਹੀ ਨਹੀਂ। ਬਟ ਕਈ ਵਾਰੀ ਕੀ ਹੈ, ਕੁਛ ਜਗ੍ਹਾ 'ਤੇ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਕਿ ਕੋਈ ਚਾਈਨਾ ਦੇ ਬੈੱਡ ਆ ਗਏ ਨੇ, ਉੱਥੇ ਜੀ ਸੇਕ ਦਿੰਦੇ ਨੇ ਮਰੀਜ਼ ਨੂੰ, ਲਟਾ ਦਿੰਦੇ, ਜਦਕਿ ਬੈੱਡ ਨੂੰ ਨਹੀਂ ਪਤਾ ਵੀ ਇਹ ਮਰੀਜ਼ ਨੂੰ BP ਵੱਧਦਾ ਵਾ ਕਿ ਘੱਟਦਾ ਵਾ, ਇਹ ਸ਼ੂਗਰ ਦਾ ਮਰੀਜ਼ ਹੈ, ਇਹਨੂੰ ਸੇਕ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ। ਅਗਰ ਉਹਦਾ ਬਰਨ ਹੋ ਗਿਆ, ਛਾਲਾ ਹੋ ਗਿਆ ਜ਼ਿਆਦਾ ਸੇਕ ਨਾਲ, ਉਹ ਬਾਅਦ 'ਚ ਕਦੀ ਰਿਕਵਰ ਨਹੀਂ ਹੁੰਦਾ। ਬਹੁਤ ਸਾਰੇ ਸਾਡੇ ਪੇਸ਼ੈਂਟ ਇਹੋ ਜਿਹੇ ਆਏ ਨੇ ਜਿਨ੍ਹਾਂ ਨੇ ਬੈੱਡਾਂ 'ਤੇ ਸੇਕ ਲਏ ਨੇ ਅਤੇ ਉਹਨਾਂ ਨੂੰ ਹੋਰ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਤਰੀਕੇ ਦੇ ਨਾਲ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਸਾਰੇ ਦਰਸ਼ਕਾਂ ਨੂੰ ਕਿ ਫਿਜ਼ੀਓਥੈਰੇਪੀ ਜਿਹੜੀ ਬਿਲਕੁਲ ਸੇਫ ਟ੍ਰੀਟਮੈਂਟ ਹੈ, ਅਤੇ ਗੋ ਫੋਰ ਫਿਜ਼ੀਓਥੈਰੇਪੀ। ਅਤੇ ਜਿਹੜੇ ਮਾਲਸ਼ੀਏ ਨੇ ਉਹ ਵੀ ਇੱਕ, ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਵੀ ਉਹਨਾਂ ਦੀ ਰੋਜ਼ੀ ਰੋਟੀ ਦਾ ਜਿਹੜਾ ਹੈਗਾ ਵਾ, ਬਟ ਅੱਜ ਕੱਲ੍ਹ ਜੋ ਲੋਕ ਇੰਨੇ ਕੁ ਜ਼ਿਆਦਾ ਅਵੇਅਰ ਹੋ ਗਏ ਨੇ, ਅਵੋਇਡ ਕਰ ਰਹੇ ਨੇ, ਕਿਉਂਕਿ ਮਨਕਾ ਜਦੋਂ ਜ਼ੋਰ ਲਾ ਕੇ ਘੁੱਟਿਆ ਜਾਂਦਾ ਪਹਿਲੇ ਆਲਰੇਡੀ ਜੇ ਕੰਪਰੈਸ ਹੈ ਮਨਕਾ, ਅਤੇ ਜੇ ਕੋਈ ਮਾਲਿਸ਼ ਦੇ ਨਾਲ ਜ਼ੋਰ ਦੇ ਉਹਨੂੰ ਘੁੱਟ ਦੇਗਾ ਤਾਂ ਉਹ ਹੋਰ ਪ੍ਰੋਬਲਮ ਜਿਹੜੀ ਆ ਜਾਂਦੀ ਆ, ਉਹਦੇ ਕਰਕੇ ਜਿਹੜੀਆਂ ਨਾੜਾਂ ਹੋਰ ਦੱਬੀਆਂ ਜਾਂਦੀਆਂ ਨੇ।
ਪੰਜਾਬ ਦੀ ਗੱਲ ਕਰੀਏ ਪੂਰੇ ਇੰਡੀਆ 'ਚ ਬੜੇ ਵੱਡੇ ਵੱਡੇ ਹਸਪਤਾਲ ਖੁੱਲ੍ਹੇ ਨੇ ਅਤੇ ਅਸੀਂ ਦੇਖਿਆ ਵੀ ਖਾਸ ਕਰਕੇ ਲੋਕ ਵੱਡੇ ਵੱਡੇ ਹਸਪਤਾਲਾਂ ਜਾ ਕੇ ਇਲਾਜ ਵੀ ਕਰਵਾਉਂਦੇ ਨੇ ਪਰ ਲੋਕਾਂ ਨੂੰ ਆਰਾਮ ਨਹੀਂ ਆਉਂਦਾ ਅਤੇ ਮੈਨੂੰ ਵੀ ਗੱਲ ਦੱਸੋ ਵੀ ਅੱਜ ਕੱਲ੍ਹ ਜਿਵੇਂ ਲੋਕ ਅੰਗਰੇਜ਼ੀ ਦਵਾਈਆਂ ਖਾਂਦੇ ਨੇ ਕੀ ਲੱਗਦਾ ਵੀ ਅੰਗਰੇਜ਼ੀ ਦਵਾਈਆਂ ਵਿੱਚ ਸਰਵਾਈਕਲ ਦਾ ਹੈਗਾ ਦੇਖੋ ਮੈਡੀਸਨ ਕੋਈ ਵੀ ਹੈ ਚਾਹੇ ਨਰਵਸ ਦੀ ਹੈ ਜਾਂ ਫਿਰ ਪੇਨ ਕਿਲਰ ਆ ਉਹਨਾਂ ਨੇ ਉਨੀ ਦੇਰ ਤੱਕ ਅਸਰ ਕਰਨਾ ਜਿੰਨੀ ਦੇਰ ਤੱਕ ਉਹਦਾ ਜਿੰਨੀ ਦੇਰ ਤੱਕ ਉਹਨਾਂ ਨੂੰ ਪੇਨ ਰਿਲੀਫ ਕਰਨਾ 2 ਘੰਟੇ 3 ਘੰਟੇ ਜਿੰਨੀ ਦੇਰ ਤੱਕ ਕੋਈ ਕੰਪਰੈਸ਼ਨ ਰਿਲੀਜ਼ ਨਹੀਂ ਹੋਏਗਾ ਨਾੜਾਂ ਜਿੰਨੀ ਦੇਰ ਤੱਕ ਜਿੱਥੇ ਫਸੀਆਂ ਨੇ ਜਿੱਥੋਂ ਦਬਾਅ ਹੈ ਉੱਥੋਂ ਜਿੰਨੀ ਦੇਰ ਤੱਕ ਉਹ ਰਿਲੀਜ਼ ਨਹੀਂ ਕੀਤੀਆਂ ਜਾਣਗੀਆਂ ਉਨੀ ਦੇਰ ਤੱਕ ਉਹ ਚੀਜ਼ ਪੋਸੀਬਲ ਨਹੀਂ ਹੋ ਸਕਦੀ ਕਾਰਨ ਇਹੀ ਹੈ ਕਿ ਮਰੀਜ਼ ਜਿਹੜਾ ਵਾ ਸਾਲ ਸਾਲ ਦੋ ਦੋ ਸਾਲ ਉਸ ਚੀਜ਼ ਦਾ ਦਵਾਈ ਦੇ ਨਾਲ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਅਤੇ ਜਿਹੜੀ ਜੜ੍ਹ ਹੈਗੀ ਆ ਉਹਨੂੰ ਕਦੇ ਠੀਕ ਕੀਤਾ ਹੀ ਨਹੀਂ ਜਾਂਦਾ ਅਤੇ ਅਸੀਂ ਜਿਹੜਾ ਵਾ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਫਸਟ ਜਿਹੜਾ ਡਾਇਗਨੋਸ ਕਈ ਕਹਿੰਦੇ ਨੇ ਸਾਡੀਆਂ ਬਾਹਾਂ ਦਰਦ ਹੁੰਦੀਆਂ ਸੀਗੀਆਂ ਅਤੇ ਉਹ ਕਈ ਕਈ ਸਾਲ ਜਿਹੜਾ ਵਾ ਆਪਣੀਆਂ ਬਾਹਾਂ ਦਾ ਇਲਾਜ ਕਰਾਉਂਦੇ ਰਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਨੁਕਸ ਸਾਡੀ ਧੋਣ ਦੇ ਵਿੱਚ ਹੈਗਾ ਹੁਣੇ ਅਸੀਂ ਗੱਲ ਕੀਤੀ ਸੀ ਮਰੀਜ਼ ਦੇ ਨਾਲ ਕਿ ਜਿਹੜੀ ਭੈਣ ਜੀ ਤੁਹਾਡੇ ਕੋਲ ਆਈ ਸੀ ਹੁਣ ਇਲਾਜ ਕਰਾ ਕੇ ਅਤੇ ਉਸਦਾ ਕਹਿਣਾ ਵੀ ਮੈਂ ਬੜੇ ਬੜੇ ਹਸਪਤਾਲਾਂ 'ਚ ਜਾ ਕੇ ਡਾਕਟਰਾਂ ਕੋਲ ਇਲਾਜ ਵੀ ਕਰਾਇਆ ਅਤੇ ਕਈਆਂ ਨੇ ਮੈਨੂੰ ਸੂਈਆਂ ਤੱਕ ਘਵਾਉਣੀ ਸ਼ੁਰੂ ਕਰਤੀਆਂ ਕਈਆਂ ਨੇ ਕਹਿੰਦੀ ਕਰੰਟ ਤੱਕ ਲਾਉਣਾ ਸ਼ੁਰੂ ਕਰਤਾ ਇਹ ਵੀ ਕੋਈ ਇਲਾਜ ਹੁੰਦਾ ਕਰੰਟ ਲਾਉਣਾ ਕਿਸੇ ਨਾਲ ਬਿਮਾਰੀ ਦਾ ਹੱਲ ਹੈਗਾ ਦੇਖੋ ਸਰ ਮੈਂ ਤਾਂ ਇੱਕੋ ਚੀਜ਼ ਕਹਾਂਗਾ ਕਿ ਬਹੁਤ ਸਾਰੀਆਂ ਟੈਕਨੀਕਸ ਜਿਸ ਤਰ੍ਹਾਂ ਜੈਪਨੀਜ਼ ਮਸ਼ੀਨਸ ਆ ਗਈਆਂ ਨੇ ਕਈਆਂ ਨੇ ਡਿਗਰੀਆਂ ਕੀਤੀਆਂ ਨਹੀਂ ਹੋਈਆਂ ਕਈ ਫਿਜ਼ੀਓਥੈਰੇਪੀ ਆਪਣੇ ਆਪ ਨੂੰ ਲਗਾਉਣ ਲੱਗ ਪਏ ਨੇ ਅਤੇ ਮੈਂ ਦਰਸ਼ਕਾਂ ਨੂੰ ਇਹ ਚੀਜ਼ ਕਹਿਣਾ ਚਾਹਾਂਗਾ ਕਿ ਰੈਪੂਟੇਟਿਡ ਜਿਹੜੇ ਡਿਗਰੀ ਹੋਲਡਰਸ ਨੇ ਐਟਲੀਸਟ ਜਿਹੜੀ BPT ਕੀਤੀ ਹੋਏ ਬੈਚਲਰ ਨੇ ਫਿਜ਼ੀਓਥੈਰੇਪੀ ਉਹਨੇ ਕੀਤੀ ਹੋਏ ਅਤੇ ਉਹਨਾਂ ਕੋਲ ਹੀ ਜਾ ਕੇ ਇਲਾਜ ਕਰਵਾਉਣ ਤਾਂ ਕਿ ਤੁਹਾਡਾ ਸਹੀ ਜਿਹੜਾ ਡਾਇਗਨੋਸ ਹੋਏ ਅਤੇ ਸਹੀ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਸੇਫਲੀ ਤਰੀਕੇ ਦੇ ਨਾਲ ਜਿਹੜਾ ਇਲਾਜ ਹੋਏ ਅਤੇ ਡਾਕਟਰ ਸਾਹਿਬ ਮੈਨੂੰ ਦੱਸੋ ਵੀ ਤੁਸੀਂ ਕਿੰਨੇ ਚਿਰ ਤੋਂ ਪੁਰਾਣਾ ਜਿਹੜਾ ਪ੍ਰੈਕਟਿਸ ਕਰ ਰਹੇ ਹੋ ਖਾਸ ਕਰਕੇ ਫਿਜ਼ੀਓਥੈਰੇਪੀ 'ਤੇ ਅਤੇ ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਆਰਾਮ ਮਿਲ ਚੁੱਕਿਆ ਵਾ ਚਾਹੇ ਸਰਵਾਈਕਲ ਦਾ ਵਾ ਚਾਹੇ ਬੈਕ ਪੇਨ ਦਾ ਚਾਹੇ ਗੋਡਿਆਂ ਦਾ ਵਾ ਕਿੰਨੇ ਕੁ ਲੋਕਾਂ ਹੁਣ ਤੱਕ ਇਲਾਜ ਕਰ ਚੁੱਕੇ ਦੇਖੋ ਸਰ ਮੈਂ ਪ੍ਰੈਕਟਿਸ ਤਾਂ 2009 ਦੇ ਵਿੱਚ ਸਟਾਰਟ ਕਰਤੀ ਸੀ 2012 ਦਾ ਮੈਂ ਸੈਂਟਰ ਚਲਾ ਰਿਹਾ ਵਾਂ ਆਪਣਾ ਅਤੇ ਬਹੁਤ ਸਾਰੇ ਸੇਵਾ ਸਮਿਤੀ ਵਗੈਰਾ 'ਚ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਦੋਂ ਸਟਰਗਲਿੰਗ ਟਾਈਮ ਸੀਗਾ ਉਦੋਂ ਮੈਂ ਜੋਬ ਵਗੈਰਾ ਕੀਤੀ ਹੈ ਅਤੇ ਅਣਗਿਣਤ ਪੇਸ਼ੈਂਟ ਨੇ ਜਿਨ੍ਹਾਂ ਨੂੰ ਓਪਰੇਟ ਦੱਸਿਆ ਗਿਆ ਸੀਗਾ ਅਤੇ ਉਹਨਾਂ ਨੂੰ ਓਪਰੇਸ਼ਨ ਤੋਂ ਜਿਹੜਾ ਵਾ ਰਾਹਤ ਦਵਾਈ ਹੈ ਅਤੇ ਪਰਮਾਤਮਾ ਦੀ ਬੜੀ ਕਿਰਪਾ ਅਸੀਂ ਕੁਛ ਨਹੀਂ ਇੱਕ ਅਸੀਂ ਡਾਕਟਰ ਇੱਕ ਜ਼ਰੀਆ ਹੁੰਦਾ ਅਤੇ ਮੈਂ ਇਹੀ ਅਪੀਲ ਕਰਾਂਗਾ ਕਿ ਫਿਜ਼ੀਓਥੈਰੇਪੀ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਅਤੇ ਇੱਕ ਇਸ ਤਰ੍ਹਾਂ ਦਾ ਟ੍ਰੀਟਮੈਂਟ ਹੈ ਕਿ ਤੁਸੀਂ ਇਹਦੇ ਵਿੱਚ ਬਿਲਕੁਲ ਨੋਰਮਲ ਤਰੀਕੇ ਦੇ ਨਾਲ ਸੇਫ ਵੇ ਦੇ ਨਾਲ ਨਾ ਤੁਹਾਨੂੰ ਇਹਦੇ ਕਿਡਨੀਆਂ 'ਤੇ ਅਸਰ ਹੋਣਾ ਨਾ ਤੁਹਾਡਾ ਇੰਟਰਨਲ ਬਿਲਕੁਲ ਸੇਫ ਰਹੇਗਾ ਅਸੀਂ ਜਿਹੜੀ ਐਕਸਰਸਾਈਜ਼ ਕਰਵਾਉਣੀ ਹੈ ਉਹਦੇ ਨਾਲ ਹੀ ਜਿਹੜਾ ਟ੍ਰੀਟਮੈਂਟ ਹੈ ਅਤੇ ਪੇਸ਼ੈਂਟਸ ਨੂੰ ਅਵੇਅਰ ਹੋਣਾ ਚਾਹੀਦਾ ਇਸ ਚੀਜ਼ ਵਾਸਤੇ ਕਿ ਅਸੀਂ ਕੀ ਖਾ ਰਹੇ ਹਾਂ ਉਹਦਾ ਸਾਡੇ 'ਤੇ ਅਸਰ ਕੀ ਹੈ ਕਈ ਵਾਰੀ ਕੀ ਹੁੰਦਾ ਸਟੀਰੋਇਡ ਪੇਸ਼ੈਂਟ ਨੂੰ ਇੰਨੇ ਜ਼ਿਆਦਾ ਦਿੱਤੇ ਜਾਂਦੇ ਨੇ ਵੀ ਦਰਦ ਰੋਕਣ ਵਾਸਤੇ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਬਾਅਦ 'ਚ ਨੀਂਦ ਦੀ ਗੋਲੀ ਉਹਨਾਂ ਨੂੰ ਲੱਗ ਜਾਂਦੀ ਮਰੀਜ਼ਾਂ ਨੂੰ ਅਤੇ ਅਸੀਂ ਇਹੀ ਚੀਜ਼ ਕਹਿਣਾ ਚਾਹਾਂਗੇ ਕਿ ਗੋ ਫੋਰ ਫਿਜ਼ੀਓਥੈਰੇਪੀ ਆਪਣੇ ਨੇੜ ਦੇ ਚਾਹੇ ਸੈਂਟਰ ਦੇ ਕੋਲ ਜਾਓ ਲੇਕਿਨ ਇਲਾਜ ਹੈ ਫਿਜ਼ੀਓਥੈਰੇਪੀ ਦਾ ਇਲਾਜ ਜਿਹੜਾ ਬਿਲਕੁਲ ਸੇਫ ਡਾਕਟਰ ਸਾਹਿਬ ਮੈਨੂੰ ਦੱਸੋ ਵੀ ਤੁਹਾਡੇ ਕੋਲ ਅੰਮ੍ਰਿਤਸਰ ਤੋਂ ਇਲਾਵਾ ਹੋਰ ਕਿੱਥੋਂ ਕਿੱਥੋਂ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਇਲਾਜ ਕਰਵਾਉਣ ਵਾਸਤੇ ਮੇਰੇ ਕੋਲ ਸੰਗਰੂਰ ਹੋ ਗਿਆ ਅਟਾਰੀ ਹੋ ਗਿਆ ਇਸ ਤਰ੍ਹਾਂ ਨਾਲ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ 'ਚੋਂ ਕਈ ਪੇਸ਼ੈਂਟ ਜਿਹੜੇ ਜਿਨ੍ਹਾਂ ਨੂੰ ਓਪਰੇਟ ਦੱਸਿਆ ਸੀਗਾ ਠੀਕ ਹੋ ਕੇ ਜਾ ਚੁੱਕੇ ਆ ਬਾਕੀ ਹੁਣ ਵੀ ਕਾਫੀ ਜਿਹੜੇ ਲੋਕਲਾਈਜ਼ ਪੇਸ਼ੈਂਟ 'ਤੇ ਕਾਫੀ ਰਹਿੰਦੇ ਨੇ ਅਤੇ ਡਾਕਟਰ ਸਾਹਿਬ ਆਪਣਾ ਤੁਸੀਂ ਟਾਈਮਿੰਗ ਦੱਸ ਦਿਓ ਵੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਵਜੇ ਤੱਕ ਬਹਿੰਦੇ ਹੋ ਅਤੇ ਆਪਣਾ ਮੋਬਾਈਲ ਨੰਬਰ ਅਤੇ ਆਪਣਾ ਐਡਰੈਸ ਵੀ ਦੱਸ ਦਿਓ ਕਿਉਂਕਿ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ 'ਚ ਅਸੀਂ ਖਾਸ ਕਰਕੇ ਅੱਜ ਦੇਖਦੇ ਵੀ ਘਰ ਘਰ ਲੋਕਾਂ ਨੂੰ ਅੱਜ ਕੱਲ੍ਹ ਸਰਵਾਈਕਲ ਦੀ ਪ੍ਰੋਬਲਮ ਆ ਚਾਹੇ ਬੈਕ ਪੇਨ ਦੀ ਆ ਚਾਹੇ ਗੋਡਿਆਂ ਦੀ ਲੋਕ ਦੁਖੀ ਨੇ ਅੱਜ ਕੱਲ੍ਹ ਅਤੇ ਆਪਣਾ ਤੁਸੀਂ ਐਡਰੈਸ ਅਤੇ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਸਾਡਾ ਜਿਹੜਾ ਸੈਂਟਰ ਹੈ ਗੁਰੂ ਅਰਜਨ ਦੇਵ ਨਗਰ ਪੁਤਲੀ ਘਰ ਗੰਗਾ ਬਿਲਡਿੰਗ ਦੇ ਬਿਲਕੁਲ ਓਪੋਜ਼ਿਟ ਹੈ ਅਤੇ ਕੰਟੈਕਟ ਨੰਬਰ ਮੇਰਾ 8725862345 ਮੇਰਾ ਕੰਟੈਕਟ ਨੰਬਰ ਹੈ ਅਤੇ ਈਜ਼ੀ ਹੈ ਬਿਲਕੁਲ ਪੁਤਲੀ ਘਰ GT ਰੋਡ ਦੇ ਉੱਪਰ ਹੀ ਜਦੋਂ ਗੰਗਾ ਬਿਲਡਿੰਗ ਦੇ ਓਪੋਜ਼ਿਟ ਪੈਂਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਸ ਗੱਲਬਾਤ ਕੀਤੀ ਡਾਕਟਰ ਰੋਹਨ ਮਹਿਰਾ ਦੇ ਨਾਲ ਅਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕਿ ਇਲਾਜ ਕਰਵਾਉਣ ਵਾਸਤੇ ਆਏ ਡਾਕਟਰ ਰੋਹਨ ਮਹਿਰਾ ਕੋਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਉਹਨਾਂ ਨੂੰ ਵੀ ਕਿੰਨਾ ਕੁ ਆਰਾਮ ਆਇਆ ਵਾ ਅਤੇ ਕਿਸ ਚੀਜ਼ ਦੀ ਉਹ ਦਵਾਈ ਲੈਣਾ ਸੀ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਮੇਰਾ ਨਾਂ ਸੀਮਾ ਸ਼ਰਮਾ ਹੈ ਜੀ ਮੈਨੂੰ ਸਰਵਾਈਕਲ ਪੇਨ ਦੀ ਬਹੁਤ ਦਰਦ ਹੈਗੀ ਸੀ 3-4 ਸਾਲ ਹੋ ਗਏ ਹੁਣ 2 ਸਾਲ ਤੋਂ ਕਾਫੀ ਆਰਾਮ ਬਹੁਤ ਮੁਸ਼ਕਲ ਹੋਈ ਦੀ ਨਾ ਮੈਂ ਉੱਪਰ ਬਾਂਹ ਕਰ ਸਕਦੀ ਨਾ ਕੁਛ ਪਿੱਛੇ ਬੈਕ ਪੇਨ ਤੋਂ ਲੈ ਕੇ ਆ ਮੇਰੀ ਬਾਂਹ ਉੱਪਰ ਨਹੀਂ ਸੀ ਹੁੰਦੀ ਹੁਣ ਮੈਂ ਬਹੁਤ ਡਾਕਟਰਾਂ ਨੂੰ ਵਿਖਾਇਆ ਉਹ ਬਸ ਪੇਨ ਕਿਲਰ ਦੇ ਦਿੰਦੇ ਸੀ ਪੇਨ ਕਿਲਰ ਨਾਲ ਸਿਰਫ 2 ਦਿਨ ਆਰਾਮ ਆਉਂਦਾ ਸੀ ਉਸ ਤੋਂ ਬਾਅਦ ਫਿਰ ਉਹ ਹੀ ਹਾਲ ਹੁੰਦਾ ਸੀ ਹੁਣ ਮੈਨੂੰ ਕਿਸੇ ਰੈਲੇਟਿਵ ਨੇ ਡਾਕਟਰ ਰੋਹਨ ਸ਼ਰਮਾ ਦਾ ਨਾਂ ਦੱਸਿਆ ਅਤੇ ਮੈਂ ਇਹਨਾਂ ਕੋਲ ਆਈ ਇੱਕ ਦਿਨ 'ਚ ਹੀ ਮੇਰੇ ਚੱਕਰ ਹਟਣੇ ਸ਼ੁਰੂ ਹੋ ਗਏ ਆ ਮੈਨੂੰ ਦੱਸੋ ਭੈਣ ਜੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਆ ਅਤੇ ਇਹਦੇ ਨਾਲ ਨਾਲ ਤੁਹਾਨੂੰ ਕੀ ਲੱਛਣ ਕੀ ਹੁੰਦੇ ਸੀ
मैं उपर बह नहीं सी कर सकती। हूँ जो इन्होंने को आई डॉक्टर रोहन को मेरी बह बूह भी तह हो गई तो चक्कर आने भी हट गए। किन्ने अमृतसर अमृतसर की गल करिए, अमृतसर बड़े वे वे डॉक्टर ने, बड़े वे वे हस्पताल ने, किन्ने लोगों का इलाज करा चुके हूँ तक, तो किन्ने पैसे हूँ तक जो बर्बाद कर चुके हो? चार साल तो इन्ने पैसे ला बैठी हाँ, किसी ने करंट लाना, किसी ने कुछ करना, किसी ने दवाइया देनिया, कोई कहेगा हड्डिया कमजोर हो गए कुछ, बस वहम ही पाते हैं और कोई सही इलाज नहीं होया उन्होंने। किस तरह दे दुखी लगता भी अंग्रेजी दवाइयों सर्वाइकल का इलाज है किसी तरह का, गोलियां खाने टीके लाने इसका इलाज है जी? नहीं जी, उनके कोई इलाज नहीं, दवाइया खाना कोई इलाज नहीं है, सिर्फ पेन किलर है जी दो दिन हटाती है बस, और कोई अंग्रेजी दवाइया का कोई नहीं महत्व है, जो है इस डॉक्टर ने कर दिता वो कोई नहीं कर सकता। डॉक्टर रोहन मेहरा किस तरह इलाज करते हैं, किड़ी फिजियोथेरेपी वरतते हैं, तो जो हूँ तक जो सर्वाइकल से जो खत्म हो गई है जड़ तो, किस चीज़ का डाटा इलाज करते डॉक्टर रोहन मेहरा जी? बस जी है जरा की कहते गर्दन से खिच दवाते हैं, एक्सरसाइज करवाते हैं, स्टेंस लाते हैं, आप अपना सारे पेशेंट का आप ध्यान रखते हैं, बहुत आराम आया मैं, थैंक यू डॉक्टर रोहन का। असं देखिए भी कई मरीजों तो कई कई साल पता ही नहीं लगता उन्होंने भी उन्होंने सर्वाइकल हैगी है, क्यों असं देखिए भी कई लोग मालिशा चक्कर पै जाते हैं, मालिश करा करा के अपनी हड्डिया ज अपना जरा शरीर खराब कर लेंगे, किस तरह भी कभी कराया इस तरह चक्कर? मैं मालिश मुलश कराई है, मैं गई है खोजे फिजियोथेरेपी वाले किसी होर को भी गई हाँ, पर उ नहीं आराम आया, इन्होंने एक दिन में मेरे चक्कर हटा दिते है, इन्होंने कोई दवाई दी नहीं, बिना दवाई तो इन्होंने इलाज किया वा, दूसरा हफ्ता होया मैनू आई न पर काफ़ी आराम आ गया। ठीक है, हाँ। स्नेहा की दिन चाहिए भैन भरा तुम देख रहे हैं जिन्होंने सर्वाइकल की प्रॉब्लम है या डिस्क की प्रॉब्लम है या जिन्हें गोडे भी दुखते हैं, उन्होंने की स्नेहा देना चाहोगे? अपने अपने भैन भरावों ने यही हिदायत देवगी कि इतने डॉक्टर रोहन शर्मा को लाओ, इतने सही इलाज होगा ताडा, थैंक यू डॉक्टर शर्मा का, डॉक्टर रोहन शर्मा का थैंक यू, जरा बहुत अच्छा इलाज किया उन्होंने। ठीक है, बहुत बहुत धन्यवाद जी। तुम देखिए भी भैन जी ने अज बहुत खुश ने, डॉक्टर रोहन मेहरा के बार बार धन्यवाद करते देखिए धन्यवाद कर रहे हैं, क्योंकि ये जो सर्वाइकल अजिही एक बीमारी भयानक है जिदा कि अंग्रेजी दवाइयों में भी इलाज है नहीं आ, असं देखिए भी वे वे डॉक्टर वे वे हस्पताल में जाके इस भैन जी ने इलाज कराया, पर उन्होंने कहना भी उन्होंने कितने आराम नहीं मिले, उन्होंने फिर जबकि डॉक्टर रोहन मेहरा जे कि फिजियोथेरेपी के नाल इलाज करते हैं, उन्होंने दस्या भी हफ्ते में ही उन्होंने बिल्कुल आराम आ गया, अज वो अपने परिवार के बहुत खुश ने, उन्होंने दस्या भी सर्वाइकल के नाल अजिहा उन्होंने प्रॉब्लम आ गई थी, अजिहे लक्षण आ गए थे भी उन्होंने अखा के नेरा आना शुरू हो गया, चक्कर आने उन्होंने शुरू हो गए थे, जिम्मे दस रहे हैं भैन जी भी दोवें बाहवें जी उन्होंने जकड़ गई थी उपर तक नहीं जाए, हूँ इन्हों बाहवें बिल्कुल ठीक ने, हूँ भैन जी ढाडिया बिल्कुल बाहवें ठीक ने, साडे दर्शकों माड़ा दस दोवे बाहवें हिला के किसी तरह की मुश्किल तो नहीं हैगी हूँ? कोई कोई मुश्किल नहीं हैगी, बाहवें मेरे तह होती है, मैं अपने आप काम कर सकती, अपने पोतरे को खड़ा सकती, ज ਵਧੀਆ ਗੱਲ ਤੇ ਮੈਂ ਕਿਤੇ ਹੋਈ ਨਹੀਂ ਚੁੱਕਿਆ ਜਾਂਦਾ ਸੀ, ਹੁਣ ਘਰ ਦਾ ਰੋਟੀ ਪਾਣੀ ਸਾਰਾ ਤੁਸੀਂ ਬਣਾਉਂਦੇ ਹੋ? ਨਹੀਂ ਮੇਰੀ ਬਹੂ ਵੀ ਹੈਗੀ ਹੈ ਪਰ ਕਾਫੀ ਕੰਮ ਮੈਂ ਹੀ ਕਰ ਲੈਣੀ ਆ। ਠੀਕ ਹੈ ਜੀ, ਧੰਨਵਾਦ। ਤੁਸੀਂ ਦੇਖਿਆ ਵੀ ਭੈਣ ਜੀ ਦਾ ਕਹਿਣਾ ਵੀ ਹੁਣ ਮੈਂ ਆਪਣੇ ਪੋਤਿਆਂ ਨੂੰ ਵੀ ਖਿਡਾ ਲੈਂਦੀ ਆ ਤੇ ਰੋਟੀ ਪਾਣੀ ਦਾ ਸਾਰਾ ਘਰ ਦਾ ਕੰਮ ਵੀ ਕਰਦੀ ਆ, ਚਲੋ ਨੋਵਾ ਵੀ ਹੈਗੀ ਆ ਪਰ ਆਪ ਵੀ ਆਪਣੇ ਹੱਥੀ ਕੰਮ ਕਰਦੇ ਨੇ ਤੇ ਬਿਲਕੁਲ ਠੀਕ ਨੇ, ਇਸ ਕਰਕੇ ਸਾਡੇ ਵੀ ਦਰਸ਼ਕਾਂ ਨੂੰ ਪੀ ਲਿਆ ਜੇਕਰ ਤੁਹਾਡੇ ਰਿਸ਼ਤੇਦਾਰ ਨੂੰ ਕਿਸੇ ਭੈਣ ਭਰਾ ਨੂੰ ਕਿਸੇ ਤਰ੍ਹਾਂ ਦੀ ਚਾਹੇ ਉਹ ਭਿਆਨਕ ਸਰਵਾਈਕਲ ਹੋਵੇ ਜਿਵੇਂ ਮੋਢੇ ਤੋਂ ਦਰਦ ਜਿਹੜੀ ਸੱਜੇ ਪਾਸੇ ਜਾਂ ਗਰਦਨ ਤੱਕ ਜਾਂਦੀ ਹੋਵੇ ਜਾਂ ਉਹਨਾਂ ਨੂੰ ਗੋਡਿਆਂ ਦੀ ਪੇਨ ਹੋਵੇ ਤੇ ਜਾਂ ਉਹਨਾਂ ਨੂੰ ਹੋਰ ਤਰ੍ਹਾਂ ਦੀ ਮਾਈਗ੍ਰੇਨ ਹੋਵੇ, ਮਤਲਬ ਕੋਈ ਵੀ ਪ੍ਰੋਬਲਮ ਹੋਵੇ, ਉਸ ਡਾਕਟਰ ਰੋਹਨ ਮੇਹਰਾ ਕੋਲ ਇੱਕ ਵਾਰੀ ਆ ਕੇ ਇੱਥੇ ਇਲਾਜ ਕਰਵਾਉਣ, ਡਾਕਟਰ ਸਾਹਿਬ ਬੜੇ ਹੀ ਤਰੀਕੇ ਨਾਲ ਵਧੀਆ ਨਾਲ ਜਿਹੜਾ ਕਿ ਫਿਜ਼ੀਓਥੈਰੇਪੀ ਇਲਾਜ ਕਰਦੇ ਨੇ ਅਤੇ ਹੁਣ ਤੱਕ ਲੱਖਾਂ ਲੋਕਾਂ ਦਾ ਜਿਹੜਾ ਇਲਾਜ ਕਰ ਚੁੱਕੇ ਨੇ ਅਤੇ ਲੋਕ ਇੱਥੋਂ ਲਾਹ ਲੈ ਚੁੱਕੇ ਨੇ ਅਤੇ ਆਪਣੀ ਬਿਮਾਰੀਆਂ ਜਿਹੜੀਆਂ ਉਹ ਦੂਰ ਕਰਾ ਚੁੱਕੇ ਨੇ, ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਜਦੋਂ ਵੀ ਤੁਹਾਡੇ ਰਿਸ਼ਤੇਦਾਰ ਨੂੰ ਕੋਈ ਮੁਸ਼ਕਲ ਆਉਂਦੀ ਆ ਉਹ ਦਵਾਈਆਂ ਖਾ ਖਾ ਕੇ ਥੱਕ ਚੁੱਕਾ ਵਾ ਅਤੇ ਇੱਕ ਵਾਰੀ ਅੰਮ੍ਰਿਤਸਰ ਵਿੱਚ ਡਾਕਟਰ ਰੋਹਨ ਮੇਹਰਾ ਕੋਲ ਜ਼ਰੂਰ ਆਓ ਅਤੇ ਆਪਣਾ ਇਲਾਜ ਕਰਾਓ, ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ।